ਅਸਲਾਮ ਵਾਲੀਕੁਮ ਦੋਸਤੋ, ਕੀ ਹਾਲ ਹੈ? ਤੁਸੀਂ ਸਾਰਿਆਂ ਦਾ ਠੀਕ ਹੋ? ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋ ਸੋ। ਅੱਲਾਹ ਤਾਲਾ ਦੀ ਰਹਿਮਤ ਕਰਮ ਫਜ਼ਲ ਅਤੇ ਸ਼ੁਕਰ ਦੇ ਨਾਲ ਅੱਜ ਦਾ ਵਲੌਗ ਕਰਦੇ ਹਾਂ ਜੀ ਸ਼ੁਰੂ। ਟਾਈਮ ਹੋ ਰਿਹਾ ਹੈ ਜੀ 9:02 ਅਤੇ ਅਸੀਂ ਇਸ ਟਾਈਮ ਮੌਜੂਦ ਹਾਂ ਗਿਲਗਿਤ ਬਲਤਿਸਤਾਨ 'ਤੇ। ਮਾਸ਼ਾਅੱਲਾ, ਅੱਛਾ ਇਲਾਕਾ ਹੈ ਵੀ, ਮਤਲਬ ਕਿ ਚਾਰੋਂ ਸਾਈਡ ਪਹਾੜ ਹੀ ਨੇ। ਰਾਤ ਨੂੰ ਅਸੀਂ ਲੇਟ ਪਹੁੰਚੇ ਹਾਂ ਇੱਥੇ, ਅਤੇ ਰਾਤ ਨੂੰ ਤਾਂ ਕੋਈ ਵਿਊ ਨਜ਼ਰ ਨਹੀਂ ਆ ਰਿਹਾ ਸੀ ਕਿਉਂਕਿ ਹੁਣ ਸੁਬਹਾ ਹੋਈ ਹੈ, ਅਤੇ ਹੁਣ ਮਾਸ਼ਾਅੱਲਾ ਕਾਫੀ ਅੱਛੇ ਅੱਛੇ ਵਿਊਜ਼ ਨੇ, ਠੀਕ ਹੈ। ਅਤੇ ਅਸੀਂ ਰਾਤ ਇੱਥੇ ਹੋਟਲ 'ਚ ਸਟੇਅ ਕੀਤਾ ਕਿਉਂਕਿ ਅੱਗੇ ਲੈਂਡ ਸਲਾਈਡਿੰਗ ਏਰੀਆ ਸੀ, ਅਤੇ ਅਸੀਂ ਆਖਿਆ ਰਿਸਕ ਬਿਲਕੁਲ ਨਹੀਂ ਲੈਣਾ। ਅਤੇ ਅਸਾਂ ਹੁਣ ਇੱਥੇ ਰੁਕੇ ਹਾਂ ਜੀ, ਅਤੇ ਇਨਸ਼ਾਅੱਲਾ ਅਸਾਂ ਹੁਣ ਅੱਗੇ ਹੁੰਜ਼ਾ ਦਾ ਸਫ਼ਰ ਜਿਹੜਾ ਉਹ ਜਾਰੀ ਕਰਾਂਗੇ। ਇਸਤਰੀ ਜਿਹੜੀ ਸਾਡੀ ਉਹ ਨਹੀਂ ਚੱਲਦੀ ਪਈ, ਇੱਕ ਦੋ ਸੂਟ ਇਸਤਰੀ ਕੀਤੇ ਨੇ, ਲੇਕਿਨ ਬਸ ਜਵਾਬ ਦੇ ਗਈ ਹੈ ਅਮਰੇਲਾ ਹੀ। ਅਸੀਂ ਪੁੱਛਿਆ ਬਾਈ ਤੋਂ ਇਸਤਰੀ ਵਾਲਾ, ਤੋਂ ਕਹਿ ਰਿਹਾ ਤੁਹਾਨੂੰ ਬਾਹਰ ਜਾਣਾ ਪਏਗਾ। ਅਤੇ ਮਾਸ਼ਾਅੱਲਾ ਕਾਫੀ ਅੱਛਾ ਵਿਊ ਹੈ, ਕਾਫੀ ਅੱਛਾ ਹੋਟਲ ਹੈ, ਔਰ ਜਿਹੜਾ ਨਾ ਸਾਈਡਾਂ 'ਤੇ ਪਹਾੜ ਜਿਹੜੇ ਨੇ। ਵੈਸੇ ਜਿਹੜਾ ਅਸੀਂ ਜਿਸ ਟਾਈਮ ਚਿਲਾਸ ਤੋਂ ਨਿਕਲੇ ਹਾਂ ਗਿਲਗਿਤ ਤੱਕ, ਰਸਤੇ ਵਿੱਚ ਬੜੇ ਖੌਫਨਾਕ ਪਹਾੜ ਆਏ ਨੇ, ਮਿੱਟੀ ਦੇ ਪਹਾੜ ਸਨ, ਅਤੇ ਮਤਲਬ ਵੇਖ ਕੇ ਬੰਦੇ ਨੂੰ ਖੌਫ ਆਉਂਦਾ। ਰਾਤ ਨੂੰ ਵੀ ਯਾਰ, ਅਸੀਂ ਦਿਨ ਨੂੰ ਤਾਂ ਫਿਰ ਪਤਾ ਨਹੀਂ ਕੀ ਹੋਏਗਾ, ਕੋਈ ਪਤਾ ਨਹੀਂ ਪਾ ਰਿਹਾ। ਮੈਂ ਤੁਹਾਨੂੰ ਦਿਖਾਉਂਦਾ ਵਾਂ, ਪਹਿਲਾਂ ਮੈਂ ਤੁਹਾਨੂੰ ਸਾਰਾ ਆਪਣਾ ਹੋਟਲ ਵਿਜ਼ਿਟ ਕਰਾਉਂਦਾ ਵਾਂ। ਅਤੇ ਰੂਮ ਵਿੱਚ ਬਾਈ ਫਹੀਮ ਬਾਈ ਨੇ, ਮਲਿਕ ਸਾਹਿਬ ਨੇ, ਅਮਜਦ ਬਾਈ ਨੇ, ਕਿਉਂਕਿ ਅਸੀਂ ਚਾਰ ਹੀ ਆਏ ਹਾਂ, ਅਤੇ ਬੜਾ ਚਿਲ ਕਰ ਰਹੇ ਹਾਂ ਅਲਹਮਦੁਲਿਲਾ। ਸਾਡਾ ਬੜਾ ਅੱਛਾ ਟੂਰ ਰਿਹਾ ਔਰ ਬੜਾ ਇੰਜੋਏ ਕੀਤਾ। ਅਤੇ ਮੈਂ ਤੁਹਾਨੂੰ ਹੁਣ ਆਪਣਾ ਹੋਟਲ ਵਿਖਾਉਣਾ, ਅਤੇ ਅਸੀਂ ਹੁਣ ਇੱਥੋਂ ਜਨਾਬ ਕਰਨਾ ਨਾਸ਼ਤਾ। ਮੈਂ ਨਾਸ਼ਤਾ ਨਹੀਂ ਕਰਨਾ, ਮੇਰਾ ਕੋਈ ਦਿਲ ਨਹੀਂ ਹੈ ਨਾਸ਼ਤੇ 'ਤੇ ਅੱਜ। ਫਿਰ ਉਹਨਾਂ ਤਿੰਨਾਂ ਨਾਸ਼ਤਾ ਕਰਨਾ, ਨਾਸ਼ਤਾ ਕਰਕੇ ਅਤੇ ਇਨਸ਼ਾਅੱਲਾ ਅਸੀਂ ਹੁਣ ਨਿਕਲਦੇ ਹਾਂ। ਅਤੇ ਇੱਥੇ ਵੀ ਜਿਹੜਾ ਨਾ ਮਾਸ਼ਾਅੱਲਾ ਫਰੂਟ ਲੱਗਿਆ ਹੈ, ਅਨਾਰ, ਅੰਗੂਰ। ਅਨਾਰ ਤਾਂ ਕੱਚੇ ਨੇ, ਅੰਗੂਰ ਜਿਹੜੇ ਨੇ ਉਹ ਮੈਂ ਤੁਹਾਨੂੰ ਖਾਣਾ ਵਾ, ਥੋੜ੍ਹੇ ਜਿਹੇ ਪੱਕੇ ਨੇ, ਉੱਥੇ ਵੀ ਪੱਕੇ ਨੇ, ਇੱਥੇ ਵੀ ਪੱਕੇ ਨੇ, ਤੁਹਾਨੂੰ ਮੈਂ ਖਾਣਾ। ਮਾਸ਼ਾਅੱਲਾ ਮੈਨੂੰ ਹੁਣੀ ਨਜ਼ਰ ਆਏ ਨੇ, ਨਹੀਂ ਟੇਸਟ ਕਰਕੇ ਵੀ ਚੈੱਕ ਕਰਦੇ ਹਾਂ। ਮਾਸ਼ਾਅੱਲਾ ਇਹ ਨੇ ਜੀ ਅੰਗੂਰ, ਅੰਗੂਰ ਤਿਆਰ ਨੇ, ਇੱਕ ਟੇਸਟ ਕਰਦੇ ਹਾਂ, ਟੇਸਟ ਕਰਕੇ। ਉਹ ਵਿਊ ਵੇਖੋ ਜੀ, ਮਾਸ਼ਾਅੱਲਾ ਇਹ ਦੋਵੇਂ ਪਹਾੜ ਨੇ, ਇਹਨਾਂ ਦੇ ਵਿਚਕਾਰ ਉਹ ਸਾਹਮਣੇ ਵਾਲਾ ਪਹਾੜ ਬਰਫ਼ ਵਾਲਾ। ਚਲਦੇ ਹਾਂ ਰੂਮ ਵਿੱਚ, ਵੇਖਦੇ ਹਾਂ ਕੀ ਕਰ ਰਹੇ ਨੇ ਅਮਜਦ ਬਾਈ, ਫਹੀਮ ਬਾਈ ਅਤੇ ਮਲਿਕ ਸਾਹਿਬ, ਕਿਉਂਕਿ ਮੈਨੂੰ ਕਾਫੀ ਟਾਈਮ ਹੋ ਚੁੱਕਿਆ ਬਾਹਰ ਆਏ ਹਾਂ। ਅਤੇ ਇਸ ਟਾਈਮ ਉਹਨਾਂ ਤਿਆਰ ਹੋਣਾ ਸੀ, ਵੇਖਦੇ ਹਾਂ ਤਿਆਰ ਹੋ ਗਏ ਨੇ, ਕੀ ਪਲੈਨਿੰਗ ਹੈ, ਕਿਸ ਟਾਈਮ ਨਿਕਲਣਾ, ਮੈਂ ਤੁਹਾਨੂੰ ਦਿਖਾਉਂਦਾ ਵਾ ਜਾ ਕੇ। ਹਾਂਜੀ ਮੀਆਂ ਜੀ, ਤਿਆਰ ਹੋ? ਅਲਹਮਦੁਲਿਲਾ। ਆਰ ਯੂ ਰੈਡੀ? ਮੀਆਂ ਸਾਹਿਬ ਤਿਆਰ ਨੇ, ਮਲਕ ਹੋਰੀ ਕਿੱਦਾਂ? ਅੰਦਰ ਮਲਕ। ਅਮਜਦ ਵੀ ਤਿਆਰ ਹੈ, ਮੀਆਂ ਫਹੀਮ ਸਾਹਿਬ ਬੜੇ ਅੱਛੇ ਲੱਗ ਰਹੇ ਹੋ ਅੱਜ ਮਾਸ਼ਾਅੱਲਾ। ਮੀਆਂ ਹੋਰੀ ਫੁੱਲ, ਮੈਂ ਤੈਨੂੰ ਆਖਿਆ ਮੈਂ ਨਾਸ਼ਤਾ ਨਹੀਂ ਕਰਨਾ, ਲੇਕਿਨ ਇਹ ਮਜਬੂਰ ਕਰ ਰਹੇ ਨੇ ਕਿ ਤੁਸੀਂ ਨਾਸ਼ਤਾ ਕਰ ਲਓ, ਅਗਰ ਮਤਲਬ ਤੁਹਾਨੂੰ ਕੁਝ ਹੋਇਆ ਰਸਤੇ ਵਿੱਚ, ਮਤਲਬ ਮੈਨੂੰ ਰਸਤੇ ਵੀ ਥੋੜ੍ਹਾ ਜਿਹਾ ਨਾ, ਮਤਲਬ ਪਹਾੜਾਂ ਦੀ ਵਜ੍ਹਾ ਤੋਂ ਮਸਲਾ ਬਣਦਾ, ਮੈਂ ਇਸ ਵਜ੍ਹਾ ਤੋਂ ਨਾਸ਼ਤਾ ਨਹੀਂ ਕਰਦਾ। ਅਸੀਂ ਤੁਹਾਡਾ ਨਾਸ਼ਤਾ ਆਖ ਦਿੱਤਾ, ਚਾਰ ਬੰਦਿਆਂ ਦਾ ਨਾਸ਼ਤਾ ਆਖਿਆ, ਅਤੇ ਤੁਹਾਡਾ ਵੀ ਨਾਸ਼ਤਾ ਆਖਿਆ, ਤੁਸੀਂ ਨਾਸ਼ਤਾ ਕਰ ਲਓ। ਅਤੇ ਸਾਰੇ ਨਹਾ ਕੇ ਤਿਆਰ ਹੋ ਕੇ ਚਲੇ ਗਏ ਨੇ, ਮਲਕ ਸਾਹਿਬ ਅਜੇ ਤੱਕ ਅੰਦਰ ਲਾ ਰਹੇ ਨੇ। ਬਹੁਤ ਤੇਜ਼ ਹੋ ਰਿਹਾ ਹੈ। ਹਾਂਜੀ, ਅਤੇ ਬਾਹਰ ਚਲਦੇ ਹਾਂ, ਮੀਆਂ ਸਾਹਿਬ ਵੀ ਬਾਹਰ ਨਿਕਲ ਗਏ ਨੇ। ਅਤੇ ਇੱਥੇ ਥੋੜ੍ਹੀ ਜਿਹੀ ਗਰਮੀ ਹੈ, ਏ ਸੀ ਚੱਲ ਰਿਹਾ, ਅਤੇ ਮਾਸ਼ਾਅੱਲਾ ਕਮਾਲ ਮਾਹੌਲ ਹੈ। ਇਹ ਹੁਣ ਕਿਹਦਾ ਗਿਆ? ਕਿੱਥੇ ਗਿਆ? ਓਲਡ ਸਿਲਕ ਰੋਡ, ਇਤਨੇ ਡਰਾਉਣੇ ਪਹਾੜ ਹਨ ਕਿ ਖੌਫ ਆ ਰਿਹਾ। ਹਾਏ 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 ਮਜ਼ੇ। ਅਲਹਮਦੁਲਿਲਾ,
ਅਸਾਂ ਹੁਣ ਇੱਕ ਜਗ੍ਹਾ 'ਤੇ ਮੁੜ ਲੈ ਆਇਆ, ਪਤਾ ਨਹੀਂ ਕੋਈ ਮਾਰਖੋਰ ਦਾ ਇਹ ਨਾ ਕੈਫੇ ਡੀ ਮੈਰੀਓ ਮਾਰਖੋਰ ਦਾ ਲੋਗੋ ਹੈ, ਕੰਟੇਨਰ ਟਾਈਪ ਬਣਿਆ, ਪਤਾ ਨਹੀਂ ਹੁਣ ਕੀ ਇੰਨਾ ਕਰਨਾ ਇੱਥੇ ਆ ਕੇ, ਫੋਟੋ ਅੱਛਾ ਬਣਵਾਉਣੀ ਆ, ਦੇਖਦੇ ਹਾਂ ਮੌਲਵੀ ਜੀ ਹੈਲੋ ਆਏ ਕਰ ਦਿਓ ਬੜੇ ਪਹਾੜ ਖਤਰਨਾਕ ਨਾ ਮਲਕ ਸਾਹਿਬ ਤੇ ਐਨਕ ਪਾ ਕੇ ਉੱਤੇ ਚਾਦਰ ਲੈ ਲੈਣਾ ਬੜੇ ਖਤਰਨਾਕ ਪਹਾੜ ਨੇ ਸਰਕਾਰ ਅੱਛਾ ਲੇਕਿਨ ਚਾਸ ਬੜੀ ਆ ਰਹੀ ਆ ਨਾਨ ਕਸਟਮ ਗੱਡੀਆਂ ਬੜੀਆਂ ਢੇਰ ਸਾਰੀਆਂ ਜਿੱਥੇ ਵੇਖ ਰਿਹਾ ਨਾਨ ਕਸਟਮ ਹੀ ਨਜ਼ਰ ਆ ਰਹੀਆਂ ਚਲੋ 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 ਪਿੱਛੇ ਪਾਣੀ ਬਲੂ ਆਈ ਤੇ ਪਾਣੀ ਬੜਾ ਅਜੀਬ ਜਿਹਾ ਕਲਰ ਦਾ ਮੌਲਵੀ ਜੀ ਹੈਲੋ ਆਏ ਕਰ ਦਿਓ ਹੋਏ 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 ਇਸ ਵਕਤ ਜੀ ਸਮਝੋ ਜਿਸ ਟਾਈਮ ਪਾਣੀ ਡੇਰ ਆਉਂਦਾ ਇੱਥੇ ਵੀ ਨਹੀਂ ਆ ਪੈਂਦਾ ਪਾਣੀ ਇਸ ਟਾਈਮ ਫੁੱਲ ਸਪੀਡ ਵਿੱਚ ਫੋਟੋ ਛੋਟੋ ਬਣ ਗਏ ਜੀ ਅਸਾਂ ਮੋੜ ਇੱਥੋਂ ਟੁਰੂਆਂ ਫਾਈਨਲੀ ਅਸੀਂ ਹੁੰਜ਼ਾ ਦੇ ਬਿਲਕੁਲ ਨਜ਼ਦੀਕ ਹਾਂ ਇਹ ਟਰੈਵਲ ਵਲੋਗ ਸੀ ਜਸਟ ਅਤੇ ਇਨਸ਼ਾਅੱਲਾ ਹੁੰਜ਼ਾ ਪਹੁੰਚ ਕੇ ਇਹ ਵਲੋਗ ਖਤਮ ਹੋ ਜਾਏਗਾ ਨੈਕਸਟ ਵਲੋਗ ਵਿੱਚ ਹੁੰਜ਼ਾ ਵਿੱਚ ਜਿਹੜਾ ਇੰਜੋਏ ਕਰਨਾ ਇਨਸ਼ਾਅੱਲਾ ਉਹ ਤੁਹਾਨੂੰ ਵਿਖਾਵਾਂਗੇ Finding you.
turn us to thousands, and we'll